ਨਾਨਕ ਦੁਖੀਆਂ ਦੇ ਨਾਥ ਵੇਰ ਗੇ ਸਰ ਪੇ ਮੇਰੇ ਤੇਰਾ ਹੱਥ ਵੇ ਬਾਬਾ ਨਾਨਕ ਦੁਖੀਆਂ ਦੇ ਨਾਥ ਵੇਰ ਗੇ ਸਰ ਪੇ ਮੇਰੇ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਦੋਸਤੋ, ਥੈਂਕ ਯੂ। ਤੁਸੀਂ ਸਾਨੂੰ ਹਮੇਸ਼ਾ ਬੜੇ ਪਿਆਰ ਸਤਿਕਾਰ ਨਾਲ ਸੁਣਦੇ ਹੋ। ਅਸੀਂ ਤੁਹਾਡੇ ਸਾਰਿਆਂ ਦਾ ਸੁਰਸਾਗਰ ਦੀ ਟੀਮ ਵੱਲੋਂ, ਮੇਰੇ ਵੱਲੋਂ, ਤਰਤੀਬ ਸਾਹਿਬ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਅਤੇ ਹਰ ਵੀਕ ਦੀ ਤਰ੍ਹਾਂ ਅਸੀਂ ਅੱਜ ਫਿਰ ਦੀਪ ਸਾਹਿਬ ਨਾਲ ਰੂਬਰੂ ਹੋਏ ਹਾਂ ਜੀ। ਦੀਪ ਸਾਹਿਬ ਜੀ, ਪਹਿਲਾਂ ਤਾਂ ਤੁਸੀਂ ਬੋਬੀ ਸਾਹਿਬ, ਤੁਹਾਨੂੰ ਵੀ ਅਤੇ ਮੇਰੇ ਕੈਨੇਡਾ ਦੇ ਵਿੱਚ ਜਿੰਨੇ ਵੀ ਭੈਣ ਭਰਾ ਵੱਸਦੇ ਆ, ਸਾਰਿਆਂ ਨੂੰ ਦੀਪ ਨਿਮਾਣੀ ਚਾਹੀਦੀ, ਸਤਿ ਸ਼੍ਰੀ ਅਕਾਲ, ਪ੍ਰਵਾਨ ਹੋਵੇ। ਅੱਜ ਫਿਰ ਆਪਾਂ ਹਰ ਵੀਕ ਦੀ ਤਰ੍ਹਾਂ ਜੀ, ਹਾਂਜੀ, ਜਿਵੇਂ ਦਰਸ਼ਕਾਂ ਨੂੰ ਕੋਈ ਨਾ ਕੋਈ ਤੁਹਾਡੇ ਜ਼ਿੰਦਗੀ ਦੇ ਨਵੇਂ ਤਜਰਬੇ, ਬਿਲਕੁਲ ਬਿਲਕੁਲ, ਅਤੇ ਨਵੀਆਂ ਤੁਹਾਡੀਆਂ ਸੋਚਾਂ ਜਾਂ ਪੁਰਾਣੇ ਐਕਸਪੀਰੀਅੰਸ। ਅਤੇ ਮੈਨੂੰ ਪਤਾ ਤੁਸੀਂ ਅੰਦਰੋਂ ਤਾਂ ਬਹੁਤ ਮੁਲਕ ਨੂੰ, ਸਾਰਿਆਂ ਨੂੰ ਪਿਆਰ ਕਰਦੇ ਹੋ। ਕਈ ਵਾਰੀ ਸ਼ਿਕਵੇ ਵੀ ਤੁਹਾਡੇ ਮਨ 'ਚ ਕਈ ਹੁੰਦੇ ਨੇ, ਜ਼ਰੂਰ ਸਾਂਝੇ ਕਰਿਆ ਕਰੋ ਜੀ। ਬੋਬੀ ਸਾਹਿਬ, ਪਿਆਰ ਤੋਂ ਵੱਡੀ ਚੀਜ਼ ਦੁਨੀਆਂ ਦੇ ਵਿੱਚ ਕੋਈ ਨਹੀਂ ਹੈ। ਔਰ ਅੱਜ ਮੈਂ ਇੱਕ ਇਹੋ ਜਿਹੇ ਇਨਸਾਨ ਦੇ ਬਾਰੇ ਦੱਸਣਾ ਚਾਹੁੰਦਾ, ਠੀਕ, ਕਿ ਜਿਹਦਾ ਨਾਂ ਮੈਂ ਆਪਣੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਔਰ ਫਿਲਮ ਲਾਈਨ ਦੇ ਵਿੱਚ ਜਿਹੜੇ ਹੈਗੇ ਨੇ, B.R. ਇਸ਼ਾਰਾ ਸਾਹਿਬ, ਆਪਣੇ ਦਿਲ ਦੀਆਂ ਹੌਲੀ ਹੌਲੀ ਤੁਸੀਂ ਵਰਕੇ ਫੋਲਦੇ ਹੋ ਜੀ। ਮੈਂ ਸੋਚਦਾ ਨਾ ਵੀ ਸ਼ਾਇਦ ਦੀਪ ਸਾਹਿਬ ਭਰਾ, ਤੁਸੀਂ ਇੱਕ ਜੇ ਹੋਰ ਨਵੀਂ ਚੀਜ਼ ਆਪਣੇ ਖਿਆਲਾਂ 'ਚੋਂ ਕੱਢਣ ਲੱਗੇ ਹੋ, ਅਤੇ ਮੈਨੂੰ ਤਾਂ ਸਰਪ੍ਰਾਈਜ਼ ਹੀ ਮਿਲਦੇ ਰਹਿੰਦੇ ਨੇ ਜੀ। ਮੈਂ ਬੋਬੀ ਸਾਹਿਬ ਸਪੈਸ਼ਲ ਆਪਣੀ ਐਲਬਮ ਦੇ ਵਿੱਚੋਂ, ਹਾਂਜੀ, ਐਲਬਮ ਮਤਲਬ ਮੇਰੀ ਕਾਫੀ ਵਧੀਆ ਬਣੀ ਹੋਈ ਸੀ, ਉਹਨੂੰ ਪਾੜ ਕੇ ਉਹਦੇ ਵਿੱਚੋਂ ਫੋਟੋ ਕੱਢ ਕੇ ਮੈਂ ਇਸ਼ਾਰਾ ਸਾਹਿਬ ਦੀ ਨਾਲ ਲੈ ਕੇ ਆਇਆ। ਹਾਂਜੀ ਹਾਂਜੀ, ਠੀਕ ਹੈ। ਮੇਰੇ ਭੈਣਾਂ ਭਰਾਵਾਂ ਨੂੰ ਇਹ ਨਾ ਹੋਵੇ ਕਿ ਇਹ ਬੰਦਾ ਗੱਲਾਂ ਹੀ ਕਰੀ ਜਾਂਦਾ ਕੋਈ ਕੁਛ, ਕਿਉਂ ਮੇਰੀ ਆਦਤ ਇਹ ਹੈਗੀ ਆ ਕਿ ਮੈਂ ਜੋ ਵੀ ਕਹਿੰਦਾ, ਹਾਂਜੀ, ਸੱਚਾਈ ਹੁੰਦੀ ਆ, ਮੈਨੂੰ ਬਨਾਵਟੀ ਗੱਲ ਨਹੀਂ ਆਉਂਦੀ। ਆਪਾਂ ਤਾਂ ਉਸ ਮਦਾਰੀ ਵਾਂਗੂ ਬੈਠੇ ਜੀ, ਆਪਣੀ ਝੋਲੀ ਲੈ ਕੇ, ਲੋਕਾਂ ਨੂੰ ਐਕਸਾਈਟਮੈਂਟ ਹੁੰਦੀ ਆ ਵੀ ਅਖੀਰਲੇ ਪਲ ਦੇ ਵਿੱਚ ਮਦਾਰੀ ਕੋਈ ਨਾ ਕੋਈ ਝੋਲੀ 'ਚੋਂ ਕੱਢ ਕੇ ਚੀਜ਼, ਲਾਸਟ ਮਿੰਟ ਤੱਕ ਕੋਈ ਪਤਾ ਨਹੀਂ ਉਹਦਾ, ਹੈ ਨਾ, ਵੀ ਉਹ ਚੀਜ਼ਾਂ ਤੁਸੀਂ ਹੌਲੀ ਹੌਲੀ ਕੱਢਦੇ ਹੋ। ਬਿਲਕੁਲ, ਅਤੇ ਹੋਣਾ ਵੀ ਚਾਹੀਦਾ ਜੀ, ਜ਼ਰੂਰ, ਬਿਲਕੁਲ, ਕੋਈ ਨਾ ਕੋਈ। ਬਾਕੀ ਬੋਬੀ ਸਾਹਿਬ, ਜਿਹੜਾ ਪਿਆਰ ਹੈਗਾ ਨਾ, ਪਿਆਰ ਮੁਹੱਬਤ, ਇਹਦੇ ਨਾਲ ਦੀ ਦੁਨੀਆਂ ਦੇ ਉੱਤੇ ਕੋਈ ਚੀਜ਼ ਨਹੀਂ ਹੈ। ਔਰ ਇਹਦੇ ਨਾਲ ਆਪਾਂ ਦੁਨੀਆਂ ਦਾ ਮਨ, ਦੁਨੀਆਂ ਨੂੰ ਆਪਣਾ ਬਣਾ ਸਕਦੇ ਹਾਂ, ਆਪਣੇ ਦੁੱਖ ਭੁੱਲ ਸਕਦੇ ਹਾਂ। ਅਤੇ ਪਰ ਇਹ ਦੁਨੀਆਂ ਦੇ ਵਿੱਚ ਕੁਛ ਬੰਦੇ ਇੱਦਾਂ ਦੇ ਹੈਗੇ ਆ ਕਿ ਪਤਾ ਨਹੀਂ ਯਾਰ, ਉਹਨਾਂ ਨੂੰ ਇਹ ਸਾਡੀਆਂ ਗੱਲਾਂ ਪਸੰਦ ਆ ਕਿ ਨਹੀਂ ਹੈ, ਜਿਸ ਤਰ੍ਹਾਂ ਮਤਲਬ ਲੜਾਈ ਝਗੜੇ। ਔਰ ਉਸ ਤੋਂ ਬਾਅਦ ਦੇਖੋ, ਇੱਕ ਮੈਂ ਛੋਟੀ ਜਿਹੀ ਗੱਲ, ਮਤਲਬ B.R. ਇਸ਼ਾਰਾ ਜਿਹੜੇ ਡਾਇਰੈਕਟਰ ਇੰਨੇ ਵੱਡੇ ਹੋਏ ਆ, ਹਾਂਜੀ, ਉਹ ਇੰਨੀਆਂ ਵੱਡੀਆਂ ਵੱਡੀਆਂ ਹਸਤੀਆਂ ਲੈ ਕੇ ਆਏ ਸੀਗੇ ਫਿਲਮ ਲਾਈਨ ਦੇ ਵਿੱਚ, ਹਾਂਜੀ, ਜਿਸ ਤਰ੍ਹਾਂ ਬੋਬੀ ਸਾਹਿਬ, ਸ਼ਤਰੂਗਨ ਸਿਨਹਾ, ਇਹ B.R. ਇਸ਼ਾਰਾ ਸਾਹਿਬ ਦੀ ਦੇਣ ਆ। ਵਾਹ ਜੀ, ਉਹ ਨਾਂ ਤਾਂ ਬਹੁਤ ਸੁਣਿਆ ਜੀ ਆਪਾਂ ਕਦੇ। ਉਸ ਤੋਂ ਬਾਅਦ ਬੋਬੀ ਸਾਹਿਬ, ਡੈਨੀ ਸਾਹਿਬ, ਠੀਕ, ਡੈਨੀ ਨੂੰ B.R. ਇਸ਼ਾਰਾ ਸਾਹਿਬ ਲੈ ਕੇ ਆਏ। ਰਿਹਾਨਾ ਸੁਲਤਾਨ, ਵਾਹ ਜੀ, ਇਹਨੂੰ ਲੈ ਕੇ ਆਏ। ਫਿਰ ਆਪਣੇ ਡੇਵਿਡ ਧਮਨ ਸਾਹਿਬ ਦੇ ਛੋਟੇ ਬ੍ਰਦਰ ਸੀਗੇ ਧਮਨ, ਜਿਹੜੇ ਐਕਟਰ ਆ, ਉਹਨਾਂ ਨੂੰ ਲੈ ਕੇ ਆਏ। ਅੱਜ ਤੱਕ ਵੀ ਉਹਨਾਂ ਦਾ ਬੋਲਬਾਲਾ ਬੰਬੇ ਫਿਲਮ ਇੰਡਸਟਰੀ 'ਚ ਚੱਲ ਰਿਹਾ ਜੀ। ਔਰ ਦੇਖੋ, ਜਿਸ ਤਰ੍ਹਾਂ ਮਤਲਬ ਮੋਦੀ ਸਾਹਿਬ ਜਿਹੜੇ ਹੈਗੇ ਆ, ਕਹਿੰਦੇ ਸੀਗੇ ਨਾ ਵੀ ਮੈਂ ਚਾਹ ਵੇਚਦਾ ਸੀਗਾ, ਅਤੇ B.R. ਇਸ਼ਾਰਾ ਸਾਹਿਬ ਵੀ ਪਹਿਲੇ ਉਹ ਵੀ ਕਹਿੰਦੇ ਸੀਗੇ ਕਿ ਮੈਂ ਸਪੋਟ ਬੋਆਏ ਸੀ, ਮੈਂ ਚਾਹ ਹੀ
ਦਿੰਦਾ ਹੁੰਦਾ ਸੀ ਬਤਾਉਂਦੇ ਸੀ ਹਾਂਜੀ ਹਾਂਜੀ ਕੀ ਬਾਤ ਯਾਰ ਇੱਕ ਸੋਚ ਦੇਖੋ ਬੰਦੇ ਦੀ ਕਿੱਥੋਂ ਨਿਕਲਿਆ ਬੰਦਾ ਕਿੱਥੇ ਜਾ ਕੇ ਖੜਿਆ ਔਰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਬਰਦਾਸ਼ਤ ਨਹੀਂ ਕਰ ਸਕਦੇ ਅੱਜ ਦੇਖ ਲਓ ਮੈਨੂੰ ਛੋਟੀ ਜਿਹੀ ਮਤਲਬ ਮੈਂ ਨਾ ਟੀ ਵੀ ਦੇਖ ਰਿਹਾ ਸੀ ਬੋਬੀ ਸਾਹਿਬ ਅੱਛਾ ਜੀ ਟੀ ਵੀ ਦੇ ਵਿੱਚ ਆਪਣੇ ਮਾਇਆਵਤੀ ਜੀ ਸੋਨੀਆ ਗਾਂਧੀ ਜੀ ਅੱਛਾ ਜੀ ਅੱਛਾ ਆਪਣੇ ਉਹ ਮੁਲਾਇਮ ਸਿੰਘ ਦੇ ਜਿਹੜੇ ਬੇਟੇ ਉਹ ਅੱਛਾ ਫਿਰ ਮਮਤਾ ਆਪਣੇ ਜਿਹੜੇ ਕਲਕੱਤੇ ਦੇ ਆ ਅੱਛਾ ਜੀ ਯਾਰ ਇਹ ਸਾਰੇ ਇੱਕ ਪਾਸੇ ਹੋ ਗਏ ਕਿ ਇਹਨਾਂ ਨੇ ਸੋਚਿਆ ਆ ਕਿ ਅਸੀਂ ਇਕੱਠੇ ਹੋ ਕੇ ਮੋਦੀ ਸਾਹਿਬ ਨੂੰ ਘੇਰਨਾ ਔਰ ਮੋਦੀ ਸਾਹਿਬ ਨੂੰ ਅਸੀਂ ਹਟਾਉਣਾ ਮੈਨੂੰ ਤਾਂ ਲੱਗਦਾ ਕਿਤੇ ਦੀਪ ਸਾਹਿਬ ਇਹਨਾਂ ਦੇ ਅੰਦਰ ਕਿਤੇ ਬਹੁਤ ਭਾਰਾ ਡਰ ਬੈਠਿਆ ਹੋਇਆ ਜੀ ਡਰ ਬੋਬੀ ਸਾਹਿਬ ਉਸ ਬੰਦੇ ਨੂੰ ਹੁੰਦਾ ਜਿਹੜਾ ਚੋਰ ਹੁੰਦਾ ਇਹੀ ਮੇਰਾ ਮਤਲਬ ਕਹਿਣ ਦਾ ਇਹ ਆ ਵੀ ਬਈ ਮੋਦੀ ਸਾਹਿਬ ਤੋਂ ਇੰਨਾ ਕਿਉਂ ਡਰਦੇ ਨੇ ਜੀ ਸੱਚੇ ਬੰਦੇ ਨੂੰ ਕਿਤੇ ਤਾਂ ਕਿਤੇ ਤਾਂ ਕੁਛ ਨਾ ਕੁਛ ਹੈਗਾ ਦੀਪ ਸਾਹਿਬ ਔਰ ਫਿਰ ਦੂਸਰੇ ਦਾ ਸਹਾਰਾ ਲੈਣ ਦੀ ਕੀ ਲੋੜ ਆ ਸੱਚ ਇੱਕ ਇਹੋ ਜਿਹੀ ਚੀਜ਼ ਆ ਸੱਚ ਤੁਹਾਨੂੰ ਯਾਦ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈ ਕਿ ਤੁਸੀਂ ਕੀ ਬੋਲੇ ਸੀ ਸੱਚ ਇੰਨੀ ਵੱਡੀ ਤਾਕਤ ਹੈ ਝੂਠ ਆਪਾਂ ਜਿੰਨਾ ਇੱਕ ਵੀ ਬੋਲਦੇ ਹਾਂ ਪਤਾ ਨਹੀਂ ਕਦੇ ਕੁਛ ਬੋਲ ਜਾਵਾਂਗੇ ਕਦੇ ਕੁਛ ਬੋਲ ਜਾਵਾਂਗੇ ਅਤੇ ਇਸ ਕਰਕੇ ਇਹਨਾਂ ਦੇ ਅੰਦਰ ਡਰ ਬੈਠਾ ਆ ਇਹਨਾਂ ਨੇ ਇਸ ਟਾਈਮ ਆਪਣਾ ਗੈਂਗ ਬਣਾ ਲਿਆ ਮੈਂ ਕਹਿੰਦਾ ਇਹਨਾਂ ਦਾ ਵਕਤ ਨੇੜੇ ਆ ਰਿਹਾ ਜੀ ਵੀ ਕਿਤੇ ਪਿੰਜਰੇ 'ਚ ਨਾ ਜਾਣ ਕਿਸੇ 'ਚ ਦੇਖੋ ਯਾਰ ਵੀ ਉਹ ਡਰ ਬੈਠੇ ਇਹਨਾਂ ਦੇ ਤੁਸੀਂ ਮੁਲਕ ਨੂੰ ਲੁੱਟ ਲੁੱਟ ਖਾ ਗਏ ਯਾਰ ਤੁਸੀਂ ਕੀ ਕੀ ਕਰਨ ਡਿਓ ਅੱਛਾ ਫਿਰ ਤੁਸੀਂ ਇਹ ਜਿਹੜਾ ਗੈਂਗ ਬਣਾ ਰਹੇ ਹਾਂ ਇਹ ਤਾਂ ਗੁੰਡਿਆਂ ਦੇ ਕੰਮ ਹੁੰਦੇ ਆ ਯਾਰ ਇਹ ਤਾਂ ਪਿਕਚਰ ਹੋਰ ਵੀ ਕਲੀਅਰ ਸਾਹਮਣੇ ਹੋ ਰਹੀ ਹੈ ਜੀ ਬਿਲਕੁਲ ਬਿਲਕੁਲ ਬਈ ਇੱਕ ਮੋਦੀ ਸਾਹਿਬ ਨੇ ਚਲੋ ਉਤਾਰ ਚੜਾ ਐਡੇ ਕੰਟਰੀ ਨੂੰ ਕੰਟਰੋਲ ਕਰਨਾ ਸਾਹਮਣੇ ਨਹੀਂ ਪਬਲਿਕ ਨੂੰ ਸੌਖਾ ਨਹੀਂ ਹੈਗਾ ਜੀ ਪੰਜ ਚਾਰ ਸਾਲ ਤਾਂ ਕੁਛ ਵੀ ਨਹੀਂ ਹੁੰਦੇ ਬਿਲਕੁਲ ਬਾਕੀ ਨਾ ਬੋਬੀ ਸਾਹਿਬ ਕੀ ਹੁੰਦਾ ਕਿ ਦੇਖੋ ਉਹ ਇਕੱਲੇ ਉਹ ਆਰਡਰ ਤਾਂ ਦੇਣਗੇ ਬਿਲਕੁਲ ਅੱਗੇ ਜਿਹਨੂੰ ਆਰਡਰ ਦੇਣਾ ਉਹ ਬੰਦਾ ਕਿਹੋ ਜਿਹਾ ਆ ਕੀ ਕਰਦਾ ਗਰਾਊਂਡ ਤੇ ਕਿਵੇਂ ਜਾਂ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਕੀ ਕਰ ਸਕਦਾ ਸਿਸਟਮ ਦੇ ਵਿੱਚ ਬਹੁਤ ਘਣ ਹੋਇਆ ਜੀ ਬਿਲਕੁਲ ਹਰ ਡਿਪਾਰਟਮੈਂਟ ਦੇ ਵਿੱਚ ਲੇਕਿਨ ਫਿਰ ਵੀ ਉਹ ਬੜੇ ਸੁਚੱਜੇ ਢੰਗ ਨਾਲ ਬਿਲਕੁਲ ਉਹਨੂੰ ਹੈਂਡਲ ਕਰ ਰਹੇ ਨੇ ਉਹ ਇਹ ਚੀਜ਼ਾਂ ਬੜੀਆਂ ਬੰਦਾ ਸ਼ੇਰ ਵਾਂਗੂ ਗਰਸ ਦਾ ਯਾਰ ਜਦ ਵੀ ਬੋਲਦਾ ਫਿਰ ਵਰਲਡ ਦੇ ਵਿੱਚ ਦੇਖੋ ਤੁਸੀਂ ਹਰ ਕੰਟਰੀ ਦੇ ਵਿੱਚ ਉਹਨੇ ਰਿਲੇਸ਼ਨਸ਼ਿਪ ਬੜੀ ਇੱਕ ਗਾਂਧੀਵਾਦੀ ਵਾਲੀ ਕਿੰਨੇ ਪਿਆਰ ਨਾਲ ਵੀ ਆਪਾਂ ਜੇ ਕਹੀਏ ਬਿਲਕੁਲ ਜਿਹੜੀ ਤੁਸੀਂ ਪਹਿਲਾਂ ਗੱਲ ਕਰਕੇ ਹਟੇ ਹੋ ਹਾਂ ਬਈ ਜੇ ਪਹਿਲਾਂ ਹੀ ਸਮਝ ਵੇ ਤਾਂ ਜ਼ਿੰਦਗੀ ਦਾ ਬਹੁਤ ਵਕਤ ਬਚ ਜਾਂਦਾ ਜੀ ਬਿਲਕੁਲ ਨਰਕ ਜਾਣ ਦੂਸਰੀ ਗੱਲ ਦੇਖੋ ਇਹਨਾਂ ਨੇ ਕੀ ਆਪਣੇ ਹਿੰਦੁਸਤਾਨ ਦੇ ਵਿੱਚ ਕਿਹੜੇ ਕਿਹੜੇ ਆਰਡਰ ਕੀਤੇ ਹੋ ਆ ਹਾਂਜੀ ਕਿਹੜੇ ਕਿਹੜੇ ਕਾਨੂੰਨ ਲਾਗੂ ਕੀਤੇ ਹੋ ਆ ਤੁਸੀਂ ਟੀ ਵੀ ਦੇ ਉੱਤੇ ਦੇਖਿਓ ਅੱਜ ਉਹ ਔਰਤ ਨੂੰ ਖਾ ਗਏ ਕੁੱਤੇ ਇਹ ਬੱਚੇ ਨੂੰ ਚੱਕ ਕੇ ਲੈ ਗਏ ਇਹ ਫਲਾਨਾ ਹੋ ਗਿਆ ਇਹ ਹੋ ਗਿਆ ਇਹ ਇਹਨਾਂ ਨੇ ਇਹ ਕਿਹਾ ਆ ਕਿ ਇੱਥੇ ਕਿਸੇ ਵੀ ਕੁੱਤੇ ਨੂੰ ਮਾਰਨਾ ਨਹੀਂ ਹੈ ਯਾਰ ਕਿਤੇ ਪਿੰਡ ਦੇ ਵਿੱਚ ਤੁਸੀਂ ਰਹਿ ਕੇ ਤਾਂ ਦੇਖੋ ਜਿਸ ਬੰਦੇ ਨੇ ਆਰਡਰ ਦਿੱਤਾ ਤੁਸੀਂ ਗਲੀਆਂ ਦੇ ਵਿੱਚ ਕਿਤੇ ਜਾ ਕੇ ਤਾਂ ਦੇਖੋ ਮਤਲਬ ਕੁੱਤਿਆਂ ਦੇ ਨਾ ਮਤਲਬ ਜ਼ਖਮ ਹੋਇਓ ਆ ਉੱਤੋਂ ਉਹ ਸਮੈਲ ਆ ਰਹੀ ਹੈ ਮਤਲਬ ਇੰਨਾ ਬੁਰਾ ਹਾਲ ਯਾਰ ਤੁਸੀਂ ਉਹਨਾਂ ਦਾ ਕੋਈ ਇਲਾਜ ਕਰੋ ਇਹਨਾਂ ਨੂੰ ਹਟਾਓ ਤੁਸੀਂ ਇਹਦੇ ਨਾਲ ਗੰਦਗੀ ਨਹੀਂ ਹੁੰਦੀ ਬਿਮਾਰੀ ਨਹੀਂ ਹੁੰਦੀ ਨਹੀਂ ਤੁਸੀਂ ਅਗਰ ਬੈਠ ਗਏ ਹਾਂ ਤਾਂ ਕੋਈ ਯਾਰ ਤੁਸੀਂ ਲੋਕਾਂ ਦੇ ਬਾਰੇ ਵੀ ਸੋਚੋ ਤੁਸੀਂ ਬਿਲਕੁਲ ਅਤੇ ਇਹ ਇਸੇ ਤਰ੍ਹਾਂ ਹੀ ਜਿਹੜੇ ਬੀ ਆਰ ਇਸ਼ਾਰਾ ਸਾਹਿਬ ਹੈ ਹਾਂਜੀ ਬੋਬੀ ਸਾਹਿਬ ਇੰਨੇ ਨਾਈਸ ਬੰਦੇ ਇੰਨੇ ਸਮਝਦਾਰ ਔਰ ਇੰਨਾ ਉਹਨਾਂ ਦੇ ਵਿੱਚ ਪਿਆਰ ਕਿ ਮੈਂ ਤੁਹਾਨੂੰ ਕੀ ਦੱਸਾਂ ਯਾਰ ਮੈਂ ਫਿਲਮ ਵਾਲਿਆ ਸਟੂਡੀਓ ਦੇ ਵਿੱਚ ਸੀਗਾ ਅੱਛਾ ਜੀ ਅਤੇ ਉੱਥੇ ਅੰਦਰ ਜੀਤੂ ਸਾਹਿਬ ਦਾ ਸਟੂਡੀਓ ਆ ਫਿਲਮ ਵਾਲੀ ਆ ਅੰਬੋਲੀ ਜਗ੍ਹਾ ਆ ਅੰਧੇਰੀ ਦੇ ਵਿੱਚ ਅੱਛਾ ਜੀ ਅਤੇ ਉੱਥੇ ਉਹ ਸੁਬੋਧ ਮੁਖਰਜੀ ਦਾ ਇਹ ਸਟੂਡੀਓ ਆ ਫਿਲਮ ਵਾਲਿਆ ਠੀਕ ਹੈ ਜੀ ਉਹਦੇ ਅੰਦਰ ਹੁਣ ਸਟੂਡੀਓ ਬਹੁਤ ਬੜਾ ਹੁੰਦਾ ਹਾਂਜੀ ਉਹਦੇ ਅੰਦਰ ਉਹਨਾਂ ਨੇ ਆਪਣੇ ਜੀਤੂ ਸਾਹਿਬ ਨੇ ਆਪਣਾ ਇੱਕ ਥੀਏਟਰ ਬਣਾਇਆ ਆ ਅਤੇ ਮੈਂ ਉੱਥੇ ਖੜ੍ਹਾ ਸੀਗਾ ਅੱਛਾ ਜੀ ਅਤੇ ਬੀ ਆਰ ਇਸ਼ਾਰਾ ਸਾਹਿਬ ਅੰਦਰੋਂ ਨਿਕਲੇ ਅਤੇ ਮੈਂ ਕਿਹਾ ਸਰ ਮੈਂ ਕਿਹਾ ਨਮਸਕਾਰ ਤੁਸੀਂ ਪਹਿਲਾਂ ਨਹੀਂ ਕਦੇ ਮਿਲੇ ਸੀ ਉਹਨਾਂ ਨੂੰ ਨਹੀਂ ਹੈਲੋ ਹਾਏ ਚੱਲਦੀ ਸੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਕਈ ਵਾਰੀ ਬੰਦਾ ਜਿਹੜਾ ਛੋਟੀ ਮੋਟੀ ਇੱਕ ਅੱਧੀ ਫਿਲਮ ਬਣਾ ਕੇ
ਉਹ ਯਾਰ ਉਹ ਫਿਲਮ ਤਾਂ ਛੱਡੋ ਤੁਸੀਂ, ਜਿੱਦਾਂ ਚੀਫ ਅਸਿਸਟੈਂਟ ਬਣ ਜਾਂਦਾ ਉਹਦਾ ਨਖਰਾ ਇੰਨਾ ਹੋ ਜਾਂਦਾ ਕਿ ਹੱਦ ਤੋਂ ਜ਼ਿਆਦਾ ਉਹ ਆਰਟਿਸਟ ਨੂੰ ਆਰਟਿਸਟ ਨਹੀਂ ਸਮਝਦਾ, ਜ਼ਮੀਨ ਛੱਡ ਜਾਂਦਾ, ਉਹੀ ਜ਼ਮੀਨ ਛੱਡ ਜਾਂਦਾ। ਡਾਇਰੈਕਟਰ ਤਾਂ ਬਹੁਤ ਬੜੀ ਗੱਲ, ਵੱਡੀਆਂ ਗੱਲਾਂ ਨੇ ਅਤੇ ਬੰਦਾ ਥੋੜ੍ਹਾ ਜਰਕ ਜਾਂਦਾ ਕਿ ਯਾਰ ਇਹ ਪਤਾ ਨਹੀਂ ਵੀ ਅੱਗਿਓਂ ਰਿਸਪੋਂਸ ਮਿਲੂਗਾ ਕਿ ਨਹੀਂ ਮਿਲੂਗਾ। ਬਿਲਕੁਲ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀਗਾ ਉਹ ਸ਼ਾਮ ਰਹਿਲਣ ਉਹ ਸ਼ੂਟਿੰਗ ਦੇ ਟਾਈਮ ਉਹ ਦਾਣਾ ਗੱਲ ਹੀ ਨਹੀਂ ਕਰਦਾ ਸੀਗਾ, ਅਤੇ ਇਹ ਜਿਸ ਟਾਈਮ ਮੈਂ ਕਿਹਾ ਸਰ, ਮੈਂ ਕਿਹਾ ਨਮਸਕਾਰ, ਜੱਫੀ ਪਾ ਲਈ ਮੈਨੂੰ, ਜੱਫੀ ਪਾ ਲਈ, ਲਾਗੇ ਸਟੀਲ ਫੋਟੋਗ੍ਰਾਫਰ ਸੀਗਾ ਅਤੇ ਉਹ ਫੋਟੋ ਲੱਗਾ ਖਿੱਚਣ, ਉਹਨੇ ਜਿੱਦਾਂ ਫੋਟੋ ਖਿੱਚੀ ਮੈਂ ਕਿਹਾ ਯਾਰ ਇਹ ਤੂੰ ਆਪ ਲੈ ਜਾਓਗੇ, ਮੈਂ ਕਿਹਾ ਸਾਹਿਬ ਨੂੰ ਯਾਦ ਰੱਖਣ ਦੀ ਖਾਤਰ ਤੇਰਾ ਅਗਰ ਦਿਲ ਕਰੇ ਤਾਂ ਇੱਕ ਫੋਟੋ ਯਾਰ ਮੈਨੂੰ ਦੇ ਦੀ, ਕਾਪੀ ਸਾਨੂੰ ਵੀ ਕੱਢ ਕੇ ਦੇ ਦੇ। ਹਾਂ, ਉਹ ਵਿਚਾਰਾ ਮੈਨੂੰ ਘਰ ਦੇ ਕੇ ਗਿਆ, ਕਹਿੰਦਾ ਸਰ ਤੁਸੀਂ ਆਪਣਾ ਐਡਰੈਸ ਦਿਓ ਮੈਂ ਘਰ ਤੁਹਾਨੂੰ ਪਹੁੰਚਾ ਦਊਂਗਾ। ਅਤੇ ਮੈਂ ਗੋਰੇਗਾਓਂ ਰਹਿੰਦਾ ਸੀਗਾ ਮੈਂ, ਅੱਛਾ ਜੀ, ਆਦਰਸ਼ ਨਗਰ, ਠੀਕ ਹੈ, ਐੱਮ ਆਈ ਜੀ ਕਲੋਨੀ ਅਤੇ ਐੱਸ ਬੀ ਰੋਡ, ਉਹਦੀ ਸਿਨੇਮੈਕਸ ਥੀਏਟਰ ਸੀ ਉਹਦੀ ਬੈਕ ਸਾਈਡ 'ਤੇ ਮੈਂ ਰਹਿੰਦਾ ਹੁੰਦਾ ਸੀ, ਅਤੇ ਉੱਥੇ ਉਹ ਵਿਚਾਰਾ ਮੈਨੂੰ ਦੇ ਕੇ ਗਿਆ ਸੀਗਾ। ਅਤੇ ਇਹਨਾਂ ਦੀਆਂ ਜਿਹੜੀਆਂ ਫਿਲਮਾਂ ਸੀਗੀਆਂ, ਮੇਰਾ ਖਿਆਲ ਹੈ ਬੋਬ ਸਾਹਿਬ ਇੱਕ ਦੋ ਸੀਨ ਇਹਨਾਂ ਦੇ ਆਪਾਂ ਦਿਖਾਵਾਂਗੇ। ਠੀਕ ਹੈ ਜੀ। ਫੋਟੋ ਮੈਂ ਸਪੈਸ਼ਲ ਇਸ ਕਰਕੇ ਲੈ ਕੇ ਆਇਆ ਕਿ ਆਪਣੇ ਸਾਰੇ ਭੈਣਾਂ ਭਰਾਵਾਂ ਨੂੰ ਮੈਂ ਦਿਖਾਊਂਗਾ ਕਿ ਇਹ ਬੰਦਾ ਆ, ਹਾਂਜੀ, ਔਰ ਇੱਕ ਸਾਡੇ ਪ੍ਰਧਾਨ ਮੰਤਰੀ ਅਤੇ ਇੱਕ ਬੀ ਆਰ ਇਸ਼ਾਰਾ, ਇਹ ਬਚਪਨ ਤੋਂ ਜਿਹਨਾਂ ਨੇ ਇੰਨੀ ਸਟਰਗਲ ਕੀਤੀ ਆ, ਪੂਰੀਆਂ ਘਾਲਣਾ ਘਾਲ ਕੇ ਹਾਂ ਇਸ ਮੁਕਾਮ 'ਤੇ ਪਹੁੰਚੇ, ਇਹ ਚਾਹ ਬਣਾਉਂਦੇ ਬਣਾਉਂਦੇ ਮਤਲਬ ਇਹ ਕਰਦੇ ਸਪੋਟ ਬੁਆਏ ਤੋਂ ਕਿੱਥੇ ਪਹੁੰਚੇ, ਕਹਾਣੀਆਂ ਲਿਖਤੀਆਂ ਇਹਨਾਂ ਨੇ, ਪਰ ਉਹ ਪ੍ਰਧਾਨ ਮੰਤਰੀ ਮਤਲਬ ਹਿੰਦੁਸਤਾਨ ਦੇ ਇੱਕ ਮਾਲਕ ਬਣ ਗਏ, ਮਾਲਕ ਬਣ ਗਏ, ਬਿਲਕੁਲ। ਔਰ ਇਹਨਾਂ ਨੇ ਇਹ ਡਾਇਰੈਕਸ਼ਨ ਦੇ ਵਿੱਚ ਮਤਲਬ ਆਪਣਾ ਨਾਂ ਕੀਤਾ, ਜਿਸ ਤਰ੍ਹਾਂ ਚੇਤਨਾ, ਦੁਰਾਹਾ ਇਹਨਾਂ ਦੀਆਂ ਫਿਲਮਾਂ ਆ, ਫਿਰ ਸ਼ਤਰੂਘਨ ਸਿਨਹਾ ਕੋਈ ਐਵੇਂ ਨਹੀਂ ਹੈ, ਮਤਲਬ ਟੌਪ ਦੇ ਉੱਤੇ ਪਹੁੰਚੇ ਆ, ਫਿਰ ਡੈਨੀ ਸਾਹਿਬ, ਬਿਲਕੁਲ, ਮਤਲਬ ਚੰਗੇ ਇਹਨਾਂ ਨੇ ਜਿਹੜੇ ਆਰਟਿਸਟ ਹੈਗੇ ਆ ਆਪਣੇ ਫਿਲਮ ਲਾਈਨ ਨੂੰ ਚੰਗੇ ਚੰਗੀ ਪਹਿਚਾਣ ਦਿੱਤੀ ਹੈ ਇਹਨਾਂ ਨੇ, ਚੰਗੀ ਪਹਿਚਾਣ ਦਿੱਤੀ ਹੈ, ਅਤੇ ਨਾਂ ਤਾਂ ਲੈਣਾ ਬਣਦਾ ਹੀ ਹੈ ਜੀ ਫਿਰ। ਬਿਲਕੁਲ ਯਾਰ, ਮੈਂ ਕਹਿੰਦਾ ਆਪਾਂ ਨੂੰ ਇੱਜ਼ਤ ਮਾਣ ਕਰਨਾ ਚਾਹੀਦਾ। ਦੀਪ ਸਾਹਿਬ ਨਾਲੇ ਤੁਸੀਂ ਆਪਣੀ ਜੇਬ ਦੇ ਵਿੱਚ ਬੜੇ ਚੁੱਕ ਚੁੱਕ ਕੇ ਕਾਗਜ਼ ਪਾਏ ਹੋਏ ਨੇ, ਜਿਹੜੇ ਜਿਹੜੇ ਖਾਸ ਖਾਸ ਕੋਈ ਚੀਜ਼ਾਂ ਤੁਹਾਨੂੰ ਜ਼ਿੰਦਗੀ ਚੰਗੀਆਂ ਲੱਗੀਆਂ ਨੇ। ਬਾਬੀ ਸਾਹਿਬ ਮੈਂ ਨਾ ਭੁੱਲ ਨਹੀਂ ਸਕਦਾ, ਉਹੀ ਗੱਲ ਆ ਜੀ, ਫਿਰ ਮੈਂ ਭੁੱਲ ਨਹੀਂ ਸਕਦਾ। ਮੈਂ ਕਹਿੰਦਾ ਕਿ ਜਿਹੜਾ ਬੰਦਾ ਸਾਡੇ ਹਿੰਦੁਸਤਾਨ ਦੇ ਵਿੱਚ ਕੁਛ ਗਰੀਬੀ 'ਚ ਉੱਠਿਆ ਜਾਂ ਕੁਛ ਬਣਿਆ, ਉਹ ਬਿਲਕੁਲ, ਮੈਂ ਇਹਨਾਂ ਦੀਆਂ ਇਸ ਕਰਕੇ ਗੱਲਾਂ ਕਰ ਰਿਹਾ ਕਿ ਸ਼ਾਇਦ ਕੁਛ ਲੋਕ ਜਿਹੜੇ ਟੁੱਟੇ ਹੋ ਆ ਜਾਂ ਵਿਗੜੇ ਹੋ ਆ ਜਾਂ ਹੌਸਲਾ ਬੁਲੰਦ ਨਹੀਂ ਹੈਗੇ, ਅਤੇ ਸ਼ਾਇਦ ਇਹ ਮੇਰੀਆਂ ਬਈ ਇੱਕ ਸਪੋਟ ਬਾਏ ਡਾਇਰੈਕਟਰ ਬਣ ਸਕਦਾ ਫਿਲਮ ਲਾਈਨ ਦਾ ਇੰਨਾ ਵੱਡਾ, ਅਤੇ ਇੱਕ ਚਾਹ ਵੇਚਣ ਵਾਲਾ ਬੰਦਾ ਪ੍ਰਾਈਮ ਮਿਨਿਸਟਰ ਮਤਲਬ ਪ੍ਰਧਾਨ ਮੰਤਰੀ ਬਣ ਸਕਦਾ, ਅਤੇ ਯਾਰ ਅਸੀਂ ਕਿਉਂ ਨਹੀਂ ਕੁਛ ਬਣ ਸਕਦੇ। ਮੈਂ ਇਹਨਾਂ ਲੋਕਾਂ ਨੂੰ ਥੋੜ੍ਹਾ ਜਿਹਾ ਨਾ ਉਹ ਮਤਲਬ ਹੱਲਾਸ਼ੇਰੀ ਦੇਣ ਦੀ ਇੱਕ ਲਾਈਨ ਬਣਾ ਰਹੇ, ਰਾਹ ਬਣਾ ਰਹੇ ਉਹਨਾਂ ਲਈ, ਬਈ ਨਾ ਖਿੱਚੋ, ਹਾਂ ਵੀ ਚੰਗਾ ਕੰਮ ਕਰਦਿਆਂ ਨੂੰ ਬਿਲ ਤਾਂ ਖਣਾ ਉਣਤਾਈਆਂ ਤਾਂ ਆਉਂਦੀਆਂ ਹੀ ਨੇ ਜੀ ਜ਼ਿੰਦਗੀ ਦੇ। ਦੇਖੋ ਮਾਲਕ, ਹਾਂਜੀ ਰੱਬ ਇਹਨਾਂ 'ਤੇ ਕਿੰਨਾ ਮਿਹਰਬਾਨ ਹੈ, ਬਹੁਤ ਬੜੀ ਗੱਲ ਹੈ, ਔਰ ਇਹ ਕੋਈ ਮਾਮੂਲੀ ਗੱਲਾਂ ਨਹੀਂ ਹੈਗੀਆਂ, ਬਹੁਤ ਬੜੀ ਗੱਲ ਹੈ। ਬੋਬੀ ਸਾਹਿਬ ਬ੍ਰੇਕ, ਹਾਂ ਯਾਰ ਮੈਂ ਦੇਖ ਰਿਹਾ ਕਿ ਘੜੀ ਸਾਹਮਣੇ ਆ, ਹਾਂਜੀ, ਅਤੇ ਪਰ ਬ੍ਰੇਕ ਦਾ ਟਾਈਮ ਦੀਪ ਸਾਹਿਬ ਤੁਹਾਡੇ ਮੂੰਹੋਂ ਬ੍ਰੇਕ ਦਾ ਨਾਂ ਤਾਂ ਮੈਨੂੰ ਲੱਗਦਾ ਵੀ ਉਹ ਪਰਾਜਾ ਲੱਗਦਾ, ਕਿਉਂਕਿ ਤੁਸੀਂ ਤਾਂ ਕੰਟੀਨਿਊ 24 ਘੰਟੇ ਚੱਲਣ ਵਾਲੇ ਆ ਇਨਸਾਨੋ ਟੀਵੀ ਦੇ ਮੂਹਰੇ, ਜੇ ਤੁਸੀਂ ਕਹਿੰਦੇ ਤਾਂ ਲੈ ਲੈਂਦੇ ਇੱਕ ਫਿਰ ਦਰਸ਼ਕੋ, ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਉਣੀ ਅਸੀਂ, ਪਲੀਜ਼।